भाई सरजीत सिंह खोसा जी, वाहिगुरु जी का खालसा, वाहिगुरु जी की फतेह जी। हरप्रीत वाहिगुरु जी का खालसा, वाहिगुरु जी की फतेह। सिंह मैं बेनती करना चढ़ जी कला चो। बड़ी कृपा, तुसी मेरे सुनाओ। ख्याल दे विच पिछले काफी दिनों तो भाई गुरप्रीत सिंह हरी नौ का जो पिछले दिन कतल होया सी उस मैटर दे विच तुसी लगे हुए हो। जी 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 मैं एक जानकारी तुहाडे कोल लैनी चाहुंदा। मैं पिछले दिन एक पंथक तौर ते एक वड्डा विवाद सामने आया आ, जी जिस दिन विरसा सिंह बलटोआ नूं जथेदारां ने 10 साल लई अकाली दल नूं हुक्म कीता कि उन्हों पार्टी दे विचों बाहर कढ़िया जावे ते 10 साल नूं शामिल ना कीता जावे। उस तों बाद जथेदार दी एक वीडियो वायरल हुंदी है, ज्ञानी हरप्रीत सिंह जी दी, जो तखत श्री दमदमा साहिब की धरती ते अपनी आसे मामा दे रहे ने, जी जिहदे विच उन्हां दीआं अखां दे विचों पाणी आउंदा ते उह कहिंदे वी विरसा सिंह बलटोआ नीचता दीआं हद्दां पार कर गिआ। जी ਉਹਦੇ ਵਿੱਚੋਂ ਕਹਿੰਦੇ ਵੀ ਮੇਰੀਆਂ ਧੀਆਂ ਤੇ ਗੱਲ ਆਈ ਹੈ, ਮੇਰੇ ਪਰਿਵਾਰ ਤੇ ਗੱਲ ਆਈ ਹੈ, ਨੰਗੇ ਕਰਨ ਦੀ ਗੱਲ ਕੀਤੀ ਕਿ ਚਲੋ ਖੈਰ ਉਹਨਾਂ ਨੇ ਇਹ ਕਾਫੀ ਜਾਣਕਾਰੀਆਂ ਦਿੱਤੀਆਂ ਨੇ, ਜਿਹਦੇ ਵਿੱਚ ਵਿਰਸਾ ਸਿੰਘ ਬਲਟੋਆ ਦੀ ਗੱਲ ਕਰਦਿਆਂ ਉਹਨਾਂ ਨੇ ਅਕਾਲੀ ਦਲ ਦੇ ਆਈਟੀ ਸੈੱਲ ਦਾ ਵੀ ਜ਼ਿਕਰ ਕੀਤਾ ਹੈ। ਜੀ ਉਹਦੇ ਵਿੱਚ ਉਹਨਾਂ ਨੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਉਂਗਲ ਚੁੱਕੀ ਹੈ। ਜੀ ਮੈਂ ਇੱਕ ਜਾਣਕਾਰੀ ਲੈਣੀ ਚਾਹੁੰਦਾ ਵੀ ਜਥੇਦਾਰ ਦੀਆਂ ਅੱਖਾਂ ਦੇ ਵਿੱਚੋਂ ਜਦੋਂ ਹੰਝੂ ਆਉਂਦੇ ਨੇ, ਕੁਝ ਲੋਕ ਇਹਨੂੰ ਨੈਗੇਟਿਵ ਲੈਂਦੇ ਨੇ, ਕੁਝ ਪੋਜ਼ਿਟਿਵ ਲੈਂਦੇ ਨੇ, ਕੁਝ ਕਹਿੰਦੇ ਵੀ ਜਥੇਦਾਰ ਹੀ ਜੇ ਰੋ ਪਿਆ ਤੇ ਬਾਕੀਆਂ ਦਾ ਕੀ ਬਣੂਗਾ, ਜਥੇਦਾਰ ਨੇ ਤੇ ਬਹੁਤ ਵੱਡੇ ਫੈਸਲੇ ਲੈਣੇ ਹੁੰਦੇ, ਕੁਝ ਲੋਕ ਇਹਨੂੰ ਨੈਗੇਟਿਵ ਲੈ ਰਹੇ, ਕੁਝ ਪੋਜ਼ਿਟਿਵ ਲੈ ਰਹੇ। ਉਹ ਕਹਿੰਦੇ ਜਥੇਦਾਰ ਦੀਆਂ ਅੱਖਾਂ ਦੇ ਖੰਜੂਆਂ ਦੇ ਨਾਲ ਪੰਥਕ ਸਮਤੀ ਜੁੜੀ ਹੈ ਤੇ ਕਹਿੰਦੇ ਇਹਨਾਂ ਖੰਜੂਆਂ ਦੇ ਵਿੱਚ ਬਾਦਲ ਪਰਿਵਾਰ ਉੱਡ ਜਾਏਗਾ। ਕੀ ਕਹਿਣਾ ਤੁਹਾਡਾ? ਦੇਖੋ ਜੀ, ਇਹ ਖੰਜੂ ਤਾਂ ਨਹੀਂ ਮੈਂ ਕਹਿ ਸਕਦਾ ਹੋਇਆ। ਪਹਿਲਾਂ ਤਾਂ ਮੈਂ ਇਹ ਗੱਲ ਕਰਾਂ ਕਿ ਜਿਹੜਾ ਕਿਸੇ ਦੀ ਬੱਚੀ ਬਾਰੇ, ਕਿਸੇ ਦੀ ਪਤਨੀ ਬਾਰੇ, ਕਿਸੇ ਦੀ ਭੈਣ ਬਾਰੇ ਜਿਹੜਾ ਕੋਈ ਬੋਲਦਾ ਨਾ, ਕੋਈ ਵੀ ਬੋਲਦਾ, ਉਦੋਂ ਨੀਚ ਇਨਸਾਨ ਕੋਈ ਦੁਨੀਆਂ ਨਹੀਂ, ਇਨਸਾਨ ਕਹਾਉਣ ਦੇ ਲਾਇਕ ਨਹੀਂ, ਉਹ ਏਦੋਂ ਨੀਚ ਨਹੀਂ ਕੋਈ ਹੋ ਸਕਦਾ। ਹਮਾਨ ਕਿਹਾ ਜਾ ਸਕਦਾ ਇਨਸਾਨ ਦੇ ਉਹ ਸ਼੍ਰੇਣੀ ਵਿੱਚ, ਇਨਸਾਨਾਂ ਵਾਲੀ ਸ਼੍ਰੇਣੀ ਚ ਨਹੀਂ ਆਉਂਦਾ। ਕਿਉਂਕਿ ਬੱਚੀਆਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸਾਡੀਆਂ ਬੱਚੀਆਂ ਸਾਂਝੀਆਂ ਬੱਚੀਆਂ ਨੇ ਜੀ। ਪਰ ਮੇਰਾ ਇੱਥੇ ਇੱਕ ਤਰਕ ਵੱਖਰਾ ਹੈ ਲੋਕਾਂ ਨਾਲੋਂ। ਇਹ ਗਿਆਨੀ ਉਹੋ ਹੀ ਨੇ ਜਿਨ੍ਹਾਂ ਨੇ 328 ਸਰੂਪਾਂ ਦੀ ਪੜਤਾਲ ਕਮੇਟੀ ਬਣਾਈ ਸੀ, ਤੇ ਇਹਨਾਂ ਨੇ ਜਦੋਂ ਉੱਥੇ ਇਨਸਾਫ ਮੰਗਣ ਗਏ, ਸਿੱਖਾਂ ਦੇ ਉੱਤੇ ਡਾਂਗ ਵਰਾਈ, ਹੱਡ ਤੋੜੇ, ਤੇ ਇਹ 100 ਸਾਲਾ ਮਨਾਇਆ ਸ਼੍ਰੋਮਣੀ ਕਮੇਟੀ ਨੇ, ਸ਼੍ਰੋਮਣੀ ਕਮੇਟੀ ਦਾ ਸਥਾਪਨਾ ਦਿਵਸ, ਇਹ ਗਿਆਨੀ ਉੱਥੋਂ ਆਵਾਜ਼ਾਂ ਦਿੰਦਾ ਸੀ ਕਿ ਅਕਾਲੀ ਦਲ ਦੇ ਬਹਾਦਰ ਸਪੁੱਤਰੋ ਡਾਂਗਾਂ ਲੈ ਕੇ ਆ ਜਾਓ। ਅੱਜ ਉਹ ਗਿਆਨੀ ਨੂੰ ਅਕਾਲੀ ਦਲ ਦੇ ਬਹਾਦਰ ਸਪੁੱਤਰ ਦਿਖੇ ਨਹੀਂ, ਉਹ ਇਹਦੀਆਂ ਅੱਖਾਂ ਪੂੰਝਣ ਨਹੀਂ ਗਏ ਕਿ ਅੱਜ ਉਹਨਾਂ ਨੇ ਇਹਨੂੰ ਰਵਾਇਆ ਨਹੀਂ। ਮੈਂ ਤਾਂ ਕਹੂੰਗਾ ਗਲੇਡੂ ਸਿੱਟਣੇ ਮਰਦਾਂ ਦਾ ਕੰਮ ਨਹੀਂ ਹੁੰਦਾ। ਮਰਦ ਲੜਾਈ ਲੜਦੇ ਆ ਉਹਦੀ, ਹੁਣ ਬੀਬੀਆਂ ਵਾਂਗੂ ਗਲੇਡੂ ਸਿੱਟਣ ਦਾ ਕੀ ਫਾਇਦਾ? ਤੇ ਦੂਜੀ ਗੱਲ, ਇਹ ਪੰਜਾਬੀ ਦੀ ਕਹਾਵਤ ਆ ਵੀ ਮੁਰਗੇ ਦੀ ਧੌਣ ਮਰੋੜੋ ਤੇ ਬੱਕਰਾ ਬਚਾਓ। ਮੁਰਗੇ ਦੀ ਧੌਣ ਮਰੋੜੀ ਜਾ ਰਹੀ ਆ, ਬੱਕਰੇ ਨੂੰ ਬਚਾਇਆ ਜਾ ਰਿਹਾ ਇੱਥੇ। ਉਹ ਕਿਵੇਂ? ਉਹ ਐਵੇਂ ਕਿ ਵਿਰਸੇ ਬਲਟੋਏ ਨੂੰ 10 ਸਾਲ ਲਈ ਕੱਢ ਦਿਓ ਤੇ ਸੁਖਬੀਰ ਬਾਦਲ ਨੂੰ ਬਚਾ ਦਿਓ। ਓਕੇ, ਠੀਕ ਹੈ। ਇਹ ਗਰਾਊਂਡ ਤਿਆਰ ਕੀਤੀ ਜਾ ਰਹੀ ਆ ਵੀ ਜਿਹੜੇ ਜਥੇਦਾਰ ਹੈਗੇ ਤਖਤਾਂ ਦੇ, ਉਹ ਬੜੇ ਪਾਵਰਫੁਲ ਹੁੰਦੇ ਆ, ਤੇ ਅਕਾਲੀ ਦਲ ਤੇ ਉਹਨਾਂ ਦੀ ਗੱਲ ਹੀ ਬੜੀ ਮੰਨਦਾ। ਦੇਖੋ ਜੀ, ਉਹਨਾਂ ਨੇ ਐਡਾ ਵੱਡਾ ਆਗੂ, ਕੈਬ ਸਾਬਕਾ ਮੰਤਰੀ 10 ਸਾਲ ਹੀ ਬਾਹਰ ਕੱਢਤਾ, ਪਰ ਹਾਂ ਵਿਰਸੇ ਨੂੰ ਤਾਂ ਅੱਗੇ ਸੁੱਚੇ ਲਿੰਗਾ ਨੂੰ ਵੀ ਕੱਢਿਆ ਹੀ ਸੀ, ਹਾਂਜੀ ਆ ਗਿਆ ਨਾ ਵਾਪਸ ਜੀ। ਉਹਤੇ ਤੇ ਪਰ ਇਸਤਰੀ ਗਮਨ ਦਾ ਦੋਸ਼ ਸੀਗਾ, ਵਿਰਸਾ ਸਿੰਘ ਬਲਟੋਏ ਤੇ ਕੋਈ ਦੋਸ਼ ਨਹੀਂ ਸੀ। ਹਾਂ ਮੇਰੀ ਉਹਨਾਂ ਨਾਲ ਸਿਧਾਂਤਕ ਵਿਰੋਧਤਾ ਹੈਗੀ ਆ, ਪਰ ਵਿਰਸਾ ਸਿੰਘ ਬਲਟੋਆ RSS ਦੇ ਬਿਆਨ ਤੇ ਬਿਲਕੁਲ ਸੱਚਾ ਆ। ਕਿਉਂ ਸੱਚਾ ਆ? ਕਿਉਂਕਿ ਉਹਨੂੰ ਪਤਾ ਆ ਵਿੱਚ। ਤੁਹਾਨੂੰ ਲੱਗਦਾ ਨਹੀਂ ਭਾਈ ਸਰਜੀਤ ਸਿੰਘ ਕੋਸਾ ਜੀ, ਜਿੱਥੋਂ ਵਿਵਾਦ ਸ਼ੁਰੂ ਹੋਇਆ ਸੀ ਤੁਸੀਂ ਉਸ ਵਿਵਾਦ ਨੂੰ ਦੁਬਾਰਾ ਫਿਰ ਖਿੱਚ ਰਹੇ ਹੋ? ਉਸ ਵਿਰਸਾ ਸਿੰਘ ਬਲਟੋਆ ਨੇ ਕਿਹਾ ਸੀ ਵੀ ਜਥੇਦਾਰ ਜਿਹੜੇ ਨੇ ਇਹ RSS BJP ਦੇ ਦਬਾਅ ਦੇ ਹੇਠ ਕੰਮ ਕਰਦੇ ਨੇ, ਉਹਨਾਂ ਦੇ ਦਲਿਤ ਤੱਕ ਸ਼ਬਦ ਵਰਤਿਆ ਗਿਆ, ਉਹੀ ਗੱਲ ਹੁਣ ਤੁਸੀਂ ਕਹਿਣ ਲੱਗੇ ਹੋ? ਸੱਚ ਨੂੰ ਕੋਈ ਆਂਚ ਨਹੀਂ, ਕਿਉਂਕਿ ਵਿਰਸਾ ਸਿੰਘ ਬਲਟੋਆ ਉਸੇ ਹੀ ਪਾਰਟੀ ਦਾ ਲੀਡਰ ਆ, ਤੇ ਵਿਰਸਾ ਸਿੰਘ ਬਲਟੋਆ ਹੁਣਾਂ ਦੀ BJP ਨਾਲ ਤੇ RSS ਨਾਲ ਯਾਰੀ ਰਹੀ ਆ, ਤੇ ਉਹਨੂੰ ਪਤਾ ਹੀ ਆ। ਫਿਰ ਉਹਨੇ ਸੱਚ ਹੀ ਬੋਲਿਆ, ਜੋ ਉਹਨਾਂ ਦੇ ਅੰਦਰ ਚੱਲਦਾ ਉਹਨੇ ਬਾਹਰ ਕੱਢਿਆ, ਉਹਨੇ ਕੋਈ ਐਡੀ ਗੱਲ ਤੇ ਕੀਤੀ ਨੀ।
क्योंकि देखो जदों अग बाहर तुरी फिरदी होवे ते उदों लगदा हुंदा वी बसंतरा जदों घरे आउंदी उदों ही अग लगदी आ। इस करके कोई जिहड़ी इक जथेदार जी नूं झूठा साबित करके विरसा सिंह बलटोह नूं सही साबित कर दे हो या विरसा सिंह बलटोह दे कुछ बयानां नाल तुहाडी सहमति है? देखो ना ते मैं करां विरसा सिंह बलटोहा नूं सच्चा ते ना करां जथेदार नूं सच्चा। हमाम विच ते सारे ही नंगे ने। मैं हैप्पी भाजी कहिंदा हुंदा सी उहनां दिनां च ते अज जदों गलेडू सुट्टे ते हैप्पी लग्गिया हरप्रीत तों जथेदार नहीं लग्गिया। जे धीआं भैणां दी गल सीगी सारी ते अज आपां इस एपीसोड तों तीन दिन मगरों बोलदे हां फिर उसे तनखाह ते कम करना क्यों मन लिया? कि अज बच्चियां दी पत वापस आ गई सी। पीढ़ियां तक वैर नहीं जांदा जदों कोई धी भैण नूं इहो जी गल कर जावे। जी वड्डी गल कह रहे हो। ते आपां कित्थे खड़े हां? आपां लोकां नूं फोन कर करके वी कहा मेरी सपोर्ट ते वीडियो पाओ ते मेरी सपोर्ट ते इदां करो। देखो जी जे तां असीं जथेदारी करिए गुरु दे वफादार होके ते फिर सानू किसे नू कहना नहीं पऊगा साडी सपोर्ट ते आओ। लोकी आप मुहारे आ जांदे आ जी। ए असीं काली फूला सिंह बनन दा ढोंग कर रहे हां पर रियल च काली फूला सिंह बनना नहीं चाहुंदे। असीं तां अज लफाफियां दे जथेदार आ। हुण मैनूं तुसीं नहीं सवाल करना, इक वीर आया सी उहने कीता जी जे जथेदार चले जाणगे की होऊ। मैं कहा सगों कौम दी जान छुट जू। ਸਾਡੇ ਕੋਲ ਪੰਜ ਪਿਆਰੇ ਹੈਗੇ ਆ। ਜੇ ਜਥੇਦਾਰ ਕਹਿੰਦਾ ਮੈਂ ਫਲਾਨਾ ਕਹਿੰਦਾ ਮੈਂ ਵੀ ਅਸਤੀਫਾ ਦੇਣਾ, ਉਹ ਕਹਿੰਦਾ ਮੈਂ ਵੀ ਦੇਣਾ ਤੇ ਦੇ ਦੇਣ, ਡਰਾਵਾ ਕਾਹਦਾ? ਫੇਰ ਕੀ ਹੋਜੂ? ਨਹੀਂ ਪਰ ਸਵਾਲ ਇੱਕ ਇਹ ਹੈ ਵੀ ਇਹ ਇਹ ਇੱਕ ਬੰਦਾ ਬੋਲਿਆ। ਹੁਣ ਜੇ ਗੱਲ ਕਰੀਏ ਆਪਾਂ ਸੁਖਜੀਤ ਸਿੰਘ ਖੋਸਾ ਜੀ ਤੁਸੀਂ ਹੋ ਥਾਂ ਥਾਂ ਤੇ ਤੁਸੀਂ ਵੀ ਸਿਰ ਡਾਏ ਹੁੰਦੇ ਆ, ਹੈ ਨਾ, ਥਾਂ ਥਾਂ ਤੇ ਤੁਹਾਡੇ ਵੀ ਸਿੰਘ ਫਸੇ ਹੀ ਰਹਿੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਕਿਤੇ ਬੇਅਦਬੀਆਂ ਨੂੰ ਲੈ ਕੇ ਕਿਤੇ ਕਿਸੇ ਪ੍ਰਕਾਰ। ਜੇ ਆਪਾਂ ਹਰੀ ਨੌ ਦੀ ਵੀ ਗੱਲ ਕਰੀਏ ਤੇ ਹਰੀ ਨੌ ਦੇ ਮੈਟਰ ਦੇ ਵਿੱਚ ਵੀ ਕਿਤੇ ਨਾ ਕਿਤੇ ਤੁਸੀਂ ਟਾਰਗੇਟ ਹੋ ਰਹੇ ਹੋ, ਹਨਾ। ਮੈਂ ਸਿਰਫ ਇੱਕੋ ਗੱਲ ਪੁੱਛਣੀ ਚਾਹੁੰਦਾ ਮਾਂ। ਹਾਂਜੀ, ਜਦੋਂ ਕੋਈ ਲੜਾਈ ਲੜਨੀ ਆ ਨਾ, ਇਦਾਂ ਨਹੀਂ ਹੁੰਦਾ ਵੀ ਅੱਧਾ ਸਰੀਰ ਮੈਂ ਘਰੇ ਰੱਖ ਜਾ ਤੇ ਅੱਧਾ ਉੱਥੇ ਲੈ ਜਾਵਾਂ। ਸਾਰਾ ਸਰੀਰ ਲੈ ਕੇ ਲੈਣੀ ਪੈਂਦੀ ਹੈ ਉੱਥੇ। ਧੀਆਂ ਭੈਣਾਂ ਦੀਆਂ ਇੱਥੇ ਲਗਾੜੇ ਲੋਕ ਪ੍ਰੋਫਾਈਲ ਵਾਲੇ ਗਾਲਾਂ ਵੀ ਕੱਢਦੇ ਆ, ਬਹੁਤ ਕੁਛ ਹੁੰਦਾ। ਪਰ ਉਦੋਂ ਫਿਰ ਇੱਕੋ ਹੀ ਟਾਰਗੇਟ ਹੁੰਦਾ, ਮੱਛੀ ਦੀ ਅੱਖ। ਜਿੱਥੇ ਤੁਸੀਂ ਲੱਗੇ ਆ ਆਪਣਾ ਕੰਮ ਕਰੀ ਜਾਓ ਇਮਾਨਦਾਰੀ ਨਾਲ ਤੇ ਤੁਹਾਨੂੰ ਰਿਜ਼ਲਟ ਪਰਮਾਤਮਾ ਆਪੇ ਦੇ ਦਿੰਦਾ ਜੀ। ਜੇ ਕੌਮ ਦੇ ਜਥੇਦਾਰ ਰੋਂਦੂ ਬਣਾ ਲਿਆ ਸੀ, ਇੱਕ ਦੋ ਕਮੈਂਟ ਦੇਖ ਕੇ ਅਸੀਂ ਰੋਣ ਲੱਗ ਪਏ ਤੇ ਕੌਮ ਦੀ ਖਾਕ ਅਸੀਂ ਬੇੜੀ ਬੰਨੇ ਲਾ ਦਿਆਂਗੇ? ਬਿੱਲੀ ਨੇ ਛੀਂ ਪੜਾਇਆ ਤੇ ਛੀਂ ਬਿੱਲੀ ਨੂੰ ਖਾਣ ਆਇਆ। ਇਹ ਕਹਾਵਤ ਢੁਕਦੀ ਇਹਨਾਂ ਤੇ ਜਥੇਦਾਰਾਂ ਤੇ। ਨਹੀਂ, ਤੁਹਾਡੇ ਕਹਿਣ ਤੋਂ ਭਾਵ ਕੀ ਹੈ ਕਿ ਜਥੇਦਾਰ ਜੀ ਨੂੰ ਘੱਟੋ ਘੱਟ ਵੀ ਆਪਣੇ ਜੇ ਹੁਕਮ ਕਰਦੇ ਜਾਂ ਆਦੇਸ਼ ਕਰਦੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੋਈ ਇਸ ਤਰੀਕੇ ਦਾ ਮਤਾ ਪਾਇਆ ਜਾਂਦਾ ਵੀ ਰੋਂਦੇ ਨਾ? ਮਤਲਬ ਰੋਣਾ ਕੰਮ ਤੇ ਜੀ, ਦੇਖੋ ਜੀ ਰੋਂਦਾ ਕੌਣ ਹੁੰਦਾ ਜਿਹੜਾ ਮਤਲਬ ਬੁੱਝਦੇ? ਨਹੀਂ ਖੋਸਾ ਜੀ, ਮੈਂ ਸਿਰਫ ਇੱਕੋ ਗੱਲ ਤਾਂ ਕਹਿ ਰਿਹਾ ਵਾਂ। ਦੇਖੋ ਮੈਂ ਆਪਣਾ ਵਿਊ ਤੁਹਾਡੇ ਨਾਲ ਥੋੜਾ ਸ਼ੇਅਰ ਕਰਨ ਲੱਗਾ ਵਾਂ ਤਾਂ ਕਿ ਗੱਲ ਥੋੜੀ ਜਿਹੀ ਅੱਗੇ ਲਾਈਏ। ਦੁਸ਼ਮਣੀਆਂ ਮੇਰੀਆਂ ਵੀ ਥਾਂ ਥਾਂ ਨੇ, ਤੁਹਾਡੀਆਂ ਵੀ ਥਾਂ ਥਾਂ ਦੇ ਉੱਪਰ ਨੇ, ਕਈਆਂ ਥਾਵਾਂ ਤੇ ਸਿੰਘ ਫਸੇ ਨੇ, ਇਕੱਲੇ ਦੇ ਇਕੱਲੇ ਵੀ ਜਾਣਾ ਪੈਂਦਾ, ਜਿਹੜੇ ਨਾਲ ਹੁੰਦੇ ਉਹਨਾਂ ਨੂੰ ਰੋਟੀ ਪਾਣੀ ਦਾ ਵੀ ਖਰਚਾ ਆਪ ਕਰਨਾ ਪੈਂਦਾ, ਰਾਤ ਬਰਾਤੇ ਕਿਤੇ ਰਹਿਣਾ ਵੀ ਪੈਂਦਾ। ਇੱਥੇ ਤੇ ਖਰਚਾ ਵੀ ਸਾਰਾ ਤਖ਼ਤ ਸਾਹਿਬ ਦੇ ਕਮਰੇ ਨੇ, ਉੱਥੋਂ ਲੰਗਰ ਪ੍ਰਸ਼ਾਦਾ ਆ, ਸੇਵਾਦਾਰ ਆਲੇ ਦੁਆਲੇ ਨੇ, ਸੈਂਟਰ ਦੀ ਸਿਕਿਉਰਿਟੀ ਹੈ, ਹਨਾ, ਸਾਰਾ ਕੁਛ ਹੈ। ਉਹਦਾ ਵੀ ਬਹੁਤ ਵੱਡਾ ਵੀ ਇੱਕ ਹੁਕਮ ਕਰਨਗੇ ਬਹੁਤ ਮਸਲੇ ਹੱਲ ਹੋ ਜਾਂਦੇ ਨੇ। ਜੇ ਉਹ ਵੀ ਜਥੇਦਾਰ ਏਡੀ ਜਲਦੀ ਰੋਣਾ, ਮੈਨੂੰ ਲੱਗਦਾ ਤੈਨੂੰ ਲੱਗਦਾ ਤੇ ਮੈਟਰ ਕੋ ਹੋਰ ਦਿਲ ਦੁਖਿਆ? ਕਿਹੜੀ ਗੱਲ ਤੋਂ ਦੁਖਿਆ ਜਥੇਦਾਰ ਦਾ? ਉਹ ਮਹਾਰਾਜ ਦਿਲ ਪਤਾ ਦਿਲ ਦੁਖਦਾ ਜਦੋਂ ਪ੍ਰਭਤਾ ਜਾਂਦੀ ਆ। ਹਾਂ, ਪ੍ਰਭਤਾ ਚਲੀ ਜਾਣੀ ਭਾਵ ਵੀ ਦਿਲ ਤਾਂ ਦੁਖਦਾ, ਮੈਂ ਅਸਤੀਫਾ ਦੇ ਰਿਹਾ। ਅਸਤੀਫਾ ਲੈ ਲਓ। ਹਾਂ, ਉਦਣ ਨੀ ਸੀ ਚੇਤਾ ਵੀ ਪੰਥ ਨੂੰ ਪੁੱਛ ਲਵਾਂ, ਮੁੜ ਕੇ ਕਹਿੰਦੇ ਜੀ ਪੰਥ ਨੇ ਮੈਨੂੰ ਹੁਕਮ ਕੀਤਾ ਤੇ ਮੈਂ ਸੇਵਾਵਾਂ ਕਰਦਾ ਰਹਾਂਗਾ। ਹੱਦ ਹੋ ਗਈ ਵੀ ਤੁਹਾਡੀ। ਹਾਂ, ਇਹ ਬਿਆਨ ਆ ਗਿਆ। ਕੋਈ ਸਟੈਂਡ ਤੇ ਰੱਖ ਲਓ। ਇਹਨੇ ਉਦੋਂ ਕੀਤਾ ਸੀ 328 ਰੂਪਾਂ ਵਾਰੀ ਆਪੇ ਹੀ ਕਮੇਟੀ ਬਣਾ ਕੇ ਆਪੇ 328 ਰੂਪਾਂ ਦਾ ਗੱਲ ਕੱਢਤੀ ਤੇ ਉਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਹਿਤਾ ਜੀ ਇਹਨਾਂ ਤੇ ਫੌਜਦਾਰੀ ਮੁਕੱਦਮੇ ਦਰਜ ਕਰਾਂਗੇ ਤੇ ਜਥੇਦਾਰ ਵੀ ਬੜੇ ਬੱਲੇ ਬੱਲੇ ਹੋ ਗਈ ਤੇ ਅੱਠਵੇਂ ਦਿਨ ਵਾਪਸ ਮੁੜ ਕੇ ਜਥੇਦਾਰ ਹੋਣੀ ਪਤਾ ਹੀ ਨੀ ਕਿਹੜੀ ਖੁੱਡ ਚ ਵੜ ਗਏ ਤੇ ਉਲਟਾ ਜਿਹੜੇ ਸਿੱਖ ਉੱਥੇ ਬੈਠੇ ਸੀ ਉਹਨਾਂ ਦੇ ਡਾਂਗਾਂ।
ਜੀ ਮਤਲਬ ਜਿਹੜੇ ਮੈਂ ਤਾਂ ਸਪਸ਼ਟ ਉਦੋਂ ਵੀ ਲਿਖਿਆ ਸੀ ਜਿਹੜੇ ਗੁਰੂ ਦੇ ਨਹੀਂ ਹੋਏ ਅੱਜ ਵੀ ਮੋਏ ਤੇ ਕੱਲ ਵੀ ਮੋਏ। ਮੈਂ ਜਥੇਦਾਰ ਨੂੰ ਤਾਂ ਮੰਨਾ ਜਥੇਦਾਰ ਦੇ ਬਰਗਾੜੀ ਅੰਗ ਖਿਲਰਿਆਂ ਤੋਂ ਅੱਖਾਂ ਚੋਂ ਹੰਝੂ ਆ ਜਾਂਦੇ। ਫੇਰ ਕਹਿੰਦਾ ਵਿਰਾਗ ਦੇ ਹੰਝੂ ਆ ਗੁਰੂ ਦੋ ਨੌਜਵਾਨ ਸ਼ਹੀਦ ਹੋ ਗਏ ਸੀ ਬਹਿਬਲ ਉਦਣ ਹੰਝੂ ਆ ਜਾਂਦੇ ਤੇ ਮੈਂ ਕਹਿੰਦਾ ਵੀ ਵਾਹ ਬਈ ਵਾਹ ਸਾਡੀ ਕੌਮ ਚ ਕੋਈ ਜੀਂਦਾ ਹੈ। ਹੁਣ ਇਹ ਕਹਿਣਗੇ ਵੀ ਇਹ ਤੋਂ ਜਥੇਦਾਰ ਬਣਿਆ ਨੀ ਸੀ ਬਣ ਕੇ ਕਹਿ ਦਿੰਦਾ ਜਿੱਦਣ ਸੌਦਾ ਸਾਧ ਨੂੰ ਮਾਫ਼ੀ ਦਿੱਤੀ ਵੀ ਹੈੱਡ ਗ੍ਰੰਥੀ ਸੀਗੇ ਉੱਥੇ ਸ੍ਰੀ ਮੁਕਤਸਰ ਸਾਹਿਬ ਦੇ ਉਦਣ ਕਹਿ ਦਿੰਦੇ ਮੁੜ ਕੇ ਅਹੁਦਾ ਆਇਆ ਸੀ ਤੇ ਜਿਹੜੇ ਜਥੇਦਾਰਾਂ ਨੇ ਤੇ ਜਿਹੜੇ ਤਘਾੜੇ ਲੀਡਰਾਂ ਨੇ ਕੀਤਾ ਸੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਰਹਿ ਉਦੋਂ 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 ਉਹਨਾਂ ਨੂੰ ਸਜਾਵਾਂ ਦੇ ਦਿੰਦੇ ਜਿਹੜੇ ਲੋਕਾਂ ਨੇ ਪੰਜ ਪਿਆਰੇ ਸਸਪੈਂਡ ਕੀਤੇ ਸੀ ਉਹਨਾਂ ਨੂੰ ਕਟਹਿਰੇ ਚ ਖੜੇ ਕਰਦੇ। ਫੇਰ ਮੰਨਦਾ ਜਥੇਦਾਰ ਉਹ ਜਦੋਂ ਆਪਦੀ ਕੁਰਸੀ ਖਿਸਕਦੀ ਆ ਤੇ ਫਿਰ ਧੀਆਂ ਦੀ ਗੱਲ ਕਹਿ ਕੇ ਵਰਤ ਕੇ ਹਜੇ ਤੱਕ ਕੋਈ ਗੱਲ ਤੇ ਪਬਲਿਕਲੀ ਦਿਖਾ ਨਹੀਂ ਸਕੇ ਵੀ ਮੇਰੀਆਂ ਧੀਆਂ ਨੂੰ ਕੀ ਕਿਹਾ ਕੀ ਨਹੀਂ ਕਿਹਾ। ਹਾਂ ਵਲਟੋਏ ਨੇ ਇਹੀ ਸਬੂਤ ਮੰਗੇ ਆ ਉਹ ਕਹਿੰਦਾ ਵੀ ਸਬੂਤ ਜਨਤਕ ਕਰੋ। ਮਸਲਾ ਇਸ ਇਹ ਗੱਲ ਦਾ ਨਹੀਂ ਹੈਗਾ ਵੀ ਮਤਲਬ ਮੈਂ ਨੀ ਕਹਿੰਦਾ ਵੀ ਫਲਾਨੇ ਸਾਂ ਕਿਉਂ ਗਏ ਉਹ ਤਾਂ ਛੋਟੀਆਂ ਸੋਚਾਂ ਜੀ ਫਲਾਨੇ ਦੇ ਵਿਆਹ ਤੇ ਕਿਉਂ ਗਏ ਫਲਾਨੇ ਦੇ ਮੰਗਣੇ ਤੇ ਕਿਉਂ ਗਏ ਉਹ ਤਾਂ ਦੇਖੋ ਜੀ ਦੁਨਿਆਵੀ ਆ ਜਾਣਾ ਪੈਂਦਾ ਹਰ ਇੱਕ ਬੰਦਾ ਜਾਂਦਾ ਜਾਣਾ ਉਹ ਛੋਟੀਆਂ ਗੱਲਾਂ ਨੇ ਪਰ ਜਿਹੜੀਆਂ ਨਾਨਕਸ਼ਾਹੀ ਕੈਲੰਡਰ ਜਿਹੜਾ ਕਤਲ ਹੋਇਆ ਉਹਦੇ ਬਾਰੇ ਕੁਛ ਬੋਲਿਆ ਕਦੇ? ਸਿੱਖ ਰਹਿਤ ਮਰਜ਼ਾਦਾ ਲਾਗੂ ਨਹੀਂ ਹੋ ਰਹੀ ਪੂਰਨ ਤੌਰ ਤੇ ਸਮੁੱਚੇ ਪੰਜਾਬ ਵਿੱਚ ਉਹਦੇ ਬਾਰੇ ਕਦੇ ਕੁਛ ਬੋਲਿਆ? ਕਬਰਾਂ ਮੜੀਆਂ ਦੇ ਪਾਠ ਪ੍ਰਕਾਸ਼ ਹੋਈ ਜਾਂਦੇ ਉਹਦੇ ਬਾਰੇ ਕਦੇ ਕੁਛ ਬੋਲਿਆ? ਸਗੋਂ ਤੇ ਆਗਿਆ ਦਿੰਦੇ ਨੇ ਸਿਧਾਂਤਾਂ ਦੇ ਉਲਟ ਕੰਮ ਕਰਨੇ ਨੇ। ਠੀਕ ਆ ਜਿੱਥੇ ਮਰਜ਼ਾਦਾ ਤੋਂ ਉਲਟ ਕੰਮ ਹੁੰਦੇ ਨੇ ਉੱਥੇ ਜਾ ਕੇ ਲਿਫਾਫੇ ਲੈਂਦੇ ਨੇ ਕਦੇ ਅੱਖਾਂ ਚੋਂ ਪਾਣੀ ਨਹੀਂ ਆਇਆ ਜੀ। ਦਿਲ ਦੀਆਂ ਕਹਿ ਰਹੀਆਂ ਤੋਂ ਖੋਸਾ ਜੀ ਤੁਹਾਡਾ ਧੰਨਵਾਦ ਜੀ। ਆਪਣੀ ਕਾਲ ਕਾਫੀ ਲੰਬੀ ਹੋ ਰਹੀ ਹੈ, ਮੈਂ ਚਾਹਾਂਗਾ ਵੀ ਤੁਸੀਂ ਆਪਣਾ ਵਿਚਾਰ ਰੱਖੇ ਆ, ਹਰ ਬੰਦੇ ਦੇ ਆਪਣੇ ਨਿੱਜੀ ਵਿਚਾਰ ਹੁੰਦੇ ਨੇ, ਕੋਈ ਉਹਨਾਂ ਵਿਚਾਰਾਂ ਨਾਲ ਸਹਿਮਤ ਅਸਹਿਮਤ ਅਕਸਰ ਕੀ ਐਸਾ ਹੋ ਜਾਂਦਾ ਆ, ਪਰ ਸਹਿਮਤੀ ਅਸਹਿਮਤੀ ਲੜਾਈ ਝਗੜੇ ਜਾਂ ਕਿਸੇ ਦੇ ਗੱਲ ਤੱਕ ਆਉਣਾ ਇਹ ਠੀਕ ਨਹੀਂ ਆ। ਮੇਰੀ ਬੇਨਤੀ ਸੁਣਿਓ, ਹੁਣ ਤੁਸੀਂ ਸਮਾਪਤੀ ਵੱਲ ਵੱਧ ਰਹੇ ਆ, ਪਰ ਮੇਰੀ ਬੇਨਤੀ ਆ ਵੀ ਆਪਾਂ ਬਿਮਾਰੀਆਂ ਸਾਰੀਆਂ ਗਿਣਤੀਆਂ, ਇਲਾਜ ਨਹੀਂ ਦੱਸਿਆ ਜੀ 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 ਇਲਾਜ ਇਹਦਾ ਸਿਲੈਕਸ਼ਨ ਆ। ਪੰਥ ਵਿੱਚ ਬਹੁਤ ਲੋਕ ਹੈਗੇ ਆ ਜਿਹੜੇ ਜਥੇਦਾਰੀ ਦੇ ਕਾਬਲ ਆ, ਜਿਹੜੇ ਜੇਲ੍ਹਾਂ ਕੱਟ ਕੇ ਆ ਗਏ, 30-30 ਸਾਲ ਜੇਲ੍ਹਾਂ ਕੱਟ ਕੇ ਆ ਗਏ, ਕੋਈ ਕੌਮ ਦੀ ਕਿੰਨੀ ਕਿੰਨੀ ਕਿੱਡੇ ਕਿੱਡੇ ਫਿਲੋਸਫਰ ਬੈਠੇ ਆ, PhD ਵਾਲੇ ਲੋਕ ਬੈਠੇ ਆ, ਕਿੰਨੇ ਕਿੰਨੇ ਵੱਡੇ ਇੱਥੇ ਸਾਹਿਤਕਾਰ ਬੈਠੇ ਆ, ਬੁੱਧੀਜੀਵੀ ਬੈਠੇ ਆ, ਹਾਂਜੀ ਜੀ 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 ਜੀ, ਕੌਮ ਦਾ ਬਹੁਤ ਪੜ੍ਹਿਆ ਲਿਖਿਆ ਵਰਗ ਬੈਠਾ ਆ, ਤੇ ਕੌਮ ਦਾ ਜੁਝਾਰੂ ਵਰਗ ਵੀ ਬਹੁਤ ਬੈਠਾ ਆ। ਇਸ ਕਰਕੇ ਉਹੋ ਜਿਹੇ ਲੋਕਾਂ ਦੀ ਸਿਲੈਕਸ਼ਨ ਕਰਕੇ ਉਹਨਾਂ ਨੂੰ ਤਖਤਾਂ ਦੀਆਂ ਮਹਾਨ ਪਦਵੀਆਂ ਤੇ ਬਿਰਾਜਮਾਨ ਕਰਾਉਣਾ ਚਾਹੀਦਾ, ਤਾਂ ਕੌਮ ਦੀ ਬੇੜੀ ਬੰਨੇ ਲੱਗਣੀ ਆ। ਜੇ ਗ੍ਰੰਥੀਆਂ ਨੂੰ ਤੇ ਮਤਲਬ ਵਿਚਾਰੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਆ, ਜੇ ਉਹਨਾਂ ਨੂੰ ਲਾਉਂਦੇ ਰਹੋਗੇ ਤੇ ਏਦਾਂ ਗਲੇਡੂ ਹੀ ਸਿੱਟਣ ਵਾਲੇ ਲੱਭਣੇ ਆ, ਅਕਾਲੀ ਬੂਲਾ ਸਿੰਘ ਨਹੀਂ ਲੱਭਣਾ ਇਹਨਾਂ ਚੋਂ। ਤੁਹਾਡਾ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ।